ਹੁਸ਼ਿਆਰਪੁਰ ਤੋਂ ਸਾਬਕਾ ਕਾਂਗਰਸੀ ਸੰਸਦ ਮੈਡਮ ਸੰਤੋਸ਼ ਚੌਧਰੀ ਵੱਲੋਂ ਆਪਣੇ ਘਰ ਕਾਂਗਰਸੀ ਆਗੂਆਂ ਅਤੇ ਵਰਕਰਾਂ ਦੇ ਨਾਲ ਇੱਕ ਭਰਵੀਂ ਮੀਟਿੰਗ ਕੀਤੀ ਗਈ ਜਿਸ ਵਿੱਚ ਵੱਡੀ ਗਿਣਤੀ 'ਚ ਕਾਂਗਰਸੀ ਕੌਂਸਲਰਾਂ ਸਮੇਤ ਹੋਰਨਾਂ ਆਗੂਆਂ ਅਤੇ ਵਰਕਰਾਂ ਨੇ ਭਾਗ ਲਿਆ। ਇਸ ਦੌਰਾਨ ਮੈਡਮ ਸੰਤੋਸ਼ ਚੌਧਰੀ ਸਾਹਮਣੇ ਕਾਂਗਰਸੀਆਂ ਵੱਲੋਂ ਹੁਸ਼ਿਆਰਪੁਰ 'ਚ ਹੋ ਰਹੇ ਵਿਤਕਰੇ ਦਾ ਦੁਖੜਾ ਉਹਨਾਂ ਸਾਹਮਣੇ ਰੋਇਆ ਗਿਆ। ਗੱਲਬਾਤ ਦੌਰਾਨ ਸਾਬਕਾ ਸੰਸਦ ਸੰਤੋਸ਼ ਚੌਧਰੀ ਨੇ ਕਿਹਾ ਕਿ ਅੱਜ ਉਹਨਾਂ ਕੋਲ ਜਿਹਨਾਂ ਕਾਂਗਰਸੀਆਂ ਵੱਲੋਂ ਆਪਣਾ ਦੁੱਖ ਬਿਆਨ ਕੀਤਾ ਗਿਆ ਹੈ ਉਸ ਦਾ ਆਉਣ ਵਾਲੇ ਸਮੇਂ 'ਚ ਜ਼ਰੂਰ ਹੱਲ ਕੱਢਿਆ ਜਾਵੇਗਾ ਅਤੇ ਇਹ ਸਾਰਾ ਮਾਮਲਾ ਪਾਰਟੀ ਹਾਈਕਮਾਂਡ ਦੇ ਧਿਆਨ ਵਿੱਚ ਵੀ ਲਿਆਂਦਾ ਜਾਵੇਗਾ। ਸਾਲ 2024 ਦੀਆਂ ਲੋਕ ਸਭਾ ਚੋਣਾਂ 'ਤੇ ਬੋਲਦੇ ਉਹਨਾਂ ਕਿਹਾ ਕਿ ਉਹ 3 ਵਾਰ ਸੰਸਦ ਮੈਂਬਰ ਦੇ ਨਾਲ ਨਾਲ ਕੇਂਦਰ 'ਚ ਮੰਤਰੀ ਦੇ ਅਹੁਦੇ 'ਤੇ ਵੀ ਰਹਿ ਚੁੱਕੇ ਨੇ ਅਤੇ ਜੇਕਰ ਕਾਂਗਰਸ ਉਹਨਾਂ ਨੂੰ ਮੁੜ ਹੁਸ਼ਿਆਰਪੁਰ ਤੋਂ ਚੋਣ ਮੈਦਾਨ 'ਚ ਉਤਾਰਦੀ ਹੈ ਤਾਂ ਉਹ ਜ਼ਰੂਰ ਚੋਣ ਦਾ ਹਿੱਸਾ ਬਣਨਗੇ। ਹੁਸ਼ਿਆਰਪੁਰ 'ਚ ਕਾਂਗਰਸੀ ਕੌਂਸਲਰਾਂ ਦੀ ਹੁੰਦੀ ਅਣਦੇਖੀ 'ਤੇ ਬੋਲਦੇ ਉਹਨਾਂ ਕਿਹਾ ਕਿ ਚਾਹੇ ਕਿਸੇ ਵੀ ਪਾਰਟੀ ਦੀ ਸਰਕਾਰ ਹੋਵੇ ਪਰੰਤੂ ਮੌਜੂਦਾ ਸਰਕਾਰਾਂ ਵੱਲੋਂ ਕੌਂਸਲਰਾਂ ਨਾਲ ਅਜਿਹਾ ਵਿਤਕਰਾ ਕਰਨਾ ਕਿਸੇ ਵੀ ਤਰ੍ਹਾਂ ਨਾਲ ਉਚਿਤ ਨਹੀਂ ਹੈ। ਹੁਸ਼ਿਆਰਪੁਰ ਨੇ ਉਸ ਦੇ ਨਾਲ ਚੇਤਨ ਕਸ਼ਪ ਦੀ ਰਿਪੋਰਟ। ਜਿਵੇਂ ਅੱਜ ਤੁਹਾਡੇ ਵੱਲੋਂ ਕਾਂਗਰਸੀ ਆਗੂਆਂ ਦੇ ਵਰਕਰਾਂ ਦੇ ਨਾਲ ਮੀਟਿੰਗ ਕੀਤੀ ਗਈ ਹੈ, ਕੀ ਕੁਝ ਫੈਸਲਾ ਲਿਆ ਗਿਆ ਆਉਣ ਵਾਲੀ 2024 ਦੀ ਲੋਕ ਸਭਾ ਚੋਣ ਨੂੰ ਲੈ ਕੇ? ਅਸਲ ਦੇ ਵਿੱਚ ਅੱਜ ਮੇਰੇ ਸਸੁਰ ਸਵਰਗੀ ਚੌਧਰੀ ਸੁੰਦਰ ਸਿੰਘ ਜੀ ਉਹਨਾਂ ਦੀ 28ਵੀਂ ਬਰਸੀ ਸੀ ਅਤੇ ਉਸ ਵੇਲੇ ਕੁਛ ਸਾਡੇ ਵਰਕਰ ਸਾਹਿਬਾਨ ਇਕੱਠੇ ਹੋ ਗਏ ਸੀ ਔਰ ਉਹਨਾਂ ਨੂੰ ਸ਼ਰਧਾਂਜਲੀ ਦੇਣ ਦੇ ਲਈ, ਕਿਉਂਕਿ ਉਹ ਆਜ਼ਾਦੀ ਘੁਲਾਟੀ ਸੀ ਔਰ ਪੂਰਾ ਜੀਵਨ ਉਹਨਾਂ ਨੇ ਕਾਂਗਰਸ ਪਾਰਟੀ ਦੇ ਲਈ ਸਮਰਪਿਤ ਕੀਤਾ। ਗਰੀਬਾਂ ਦੀ ਸ਼ੋਸ਼ਿਤ ਸੇਵਾ ਵਿੱਚ ਲੱਗੇ ਰਹੇ। ਉਹਨਾਂ ਦੀ ਬਰਸੀ ਔਰ ਵੀ ਅਹਿਮ ਬਣ ਜਾਂਦੀ ਸੀ ਕਿਉਂਕਿ 15 ਅਗਸਤ 2 ਦਿਨ ਬਾਅਦ ਅਸੀਂ ਉਸਦਾ ਜਸ਼ਨ ਮਨਾ ਰਹੇ ਹਾਂ ਔਰ ਇਹੋ ਜਿਹੇ ਲੀਡਰ ਜਿਹੜੇ ਨੇਤਾ ਲੋਕ ਨੇ ਜਿਨ੍ਹਾਂ ਨੇ ਹਿੰਦੁਸਤਾਨ ਦੇ ਸੁਤੰਤਰਤਾ ਦੇ ਲਈ ਲੜਾਈ ਲੜੀ ਸੀ ਅਤੇ ਇਹ ਸ਼ਰਧਾਂਜਲੀ ਦੇਣਾ ਬਣਦਾ ਸੀ। ਇਸ ਮੌਕੇ ਦੇ ਉੱਤੇ ਹੁਸ਼ਿਆਰਪੁਰ ਦੇ ਕੌਂਸਲਰਸ ਨੇ ਆਪਣੇ ਕੁਛ ਅੱਜ ਦੇ ਹਾਲਾਤ ਨੂੰ ਮੁੱਖ ਰੱਖਦੇ ਹੋਏ ਕਿ ਪਹਿਲੇ ਦੇ ਲੀਡਰ ਕਿਹੋ ਜਿਹੇ ਸਨ, ਕਿਹੋ ਜਿਹੀਆਂ ਪਾਰਟੀਆਂ ਹੁੰਦੀਆਂ ਸਨ ਅਤੇ ਅੱਜ ਕੀ ਹੋ ਰਿਹਾ ਹੈ ਅਤੇ ਉਹਨਾਂ ਨੇ ਆਪਣੇ ਕੁਛ ਦੁੱਖ ਜਿਹੜੇ ਸੀ ਉਹ ਸਾਹਮਣੇ ਰੱਖੇ ਹੈ ਔਰ ਉਸਦੇ ਲਈ ਅਸੀਂ ਆਪਸ ਵਿੱਚ ਮਿਲ ਕੇ, ਕਿਉਂਕਿ ਮੈਂ ਵੀ ਕਾਂਗਰਸ ਪਾਰਟੀ ਦੀ ਸਿਪਾਹੀ ਹਾਂ, ਅਸੀਂ ਵੀ ਇੱਥੇ ਤੱਕ ਪਹੁੰਚੇ ਹਾਂ। ਅਗਰ ਭਾਰਤ ਸਰਕਾਰ ਦੇ ਵਿੱਚ ਮੰਤਰੀ ਬਣੇ ਹਾਂ ਤਾਂ ਇਹਨਾਂ ਦੀ ਬਦੌਲਤ ਹੀ ਬਣੇ ਹਾਂ ਅਤੇ ਇਸ ਸਮੇਂ ਦੇ ਵਿੱਚ ਸਾਨੂੰ ਮਿਲ ਜੁਲ ਕੇ ਕੋਈ ਨਾ ਕੋਈ ਇਹੋ ਜਿਹਾ ਉਪਰਾਲਾ ਕਰਨਾ ਚਾਹੀਦਾ ਹੈ ਤਾਂ ਕਿ ਜਿਹੜੇ ਕੌਂਸਲਰ ਚੁਣੇ ਹੋਏ ਨੇ ਉਹਨਾਂ ਨੂੰ ਕੋਈ ਵੀ ਸਰਕਾਰ ਹੋਏ ਉਹਨਾਂ ਨੂੰ ਕੋਈ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਏ ਔਰ ਇਹਨਾਂ ਦੀ ਡਿਵੈਲਪਮੈਂਟ ਦੇ ਕੰਮ ਹੁੰਦੇ ਰਹਿਣ ਔਰ ਇਹ ਆਮ ਜਨਤਾ ਦੇ ਮੁਤਾਬਿਕ ਆਪਣਾ ਜੀਵਨ ਯਾਪਨ ਕਰ ਸਕੇ। ਜੇਕਰ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਕਾਂਗਰਸ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਪਾਰਟੀ ਹੈ ਔਰ ਜੇਕਰ ਆਪਾਂ ਮੌਜੂਦਾ ਸਮੇਂ ਦੇ ਵਿੱਚ ਐਮਸੀਆਂ ਦੀ ਗੱਲ ਕਰੀਏ ਤਾਂ ਐਮਸੀਆਂ ਜਿਹੜੀ ਉਹ ਆਪਣੀ ਕਾਂਗਰਸ ਹਾਈਕਮਾਂਡ ਤੋਂ ਨਾਰਾਜ਼ ਨਜ਼ਰ ਆ ਰਹੇ ਨੇ। ਅੱਜ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਜਾਂ ਹੁਸ਼ਿਆਰਪੁਰ ਦੇ ਵਿੱਚ ਵੀ ਕਾਂਗਰਸ ਦਾ ਕੋਈ ਵਾਲੀ ਵਾਰਸ ਨਜ਼ਰ ਨਹੀਂ ਆ ਰਿਹਾ। ਦੇਖੋ ਇਹੋ ਜਿਹੀ ਗੱਲ ਤਾਂ ਨਹੀਂ ਹੈ, ਆਖਿਰ ਇਹ ਵੀ ਹੈ ਜਿਹੜੇ ਬੈਠੇ ਹੋਏ ਨੇ ਇਹ ਨਹੀਂ ਗਏ, ਪਰ ਲੇਕਿਨ ਕਈਆਂ ਨੂੰ ਥੋੜ੍ਹਾ ਜਿਹਾ ਕਿ ਬਈ ਸੱਤਾ ਦੇ ਵਿੱਚ ਰਹਿਣਾ ਹੈ ਔਰ ਇਸ ਕਰਕੇ ਉਹਨਾਂ ਨੂੰ ਅੱਜ ਸਮੇਂ ਇਹੋ ਜਿਹਾ ਹੈ ਕਿ ਪਾਰਟੀ ਦੇ ਬਾਰੇ ਉਹ ਨਹੀਂ ਸੋਚਦੇ, ਉਹ ਆਪਣੇ ਵਰਚਸਵ ਬਾਰੇ ਸੋਚਦੇ ਨੇ, ਇੱਧਰ ਉੱਧਰ ਹੋ ਜਾਂਦੇ ਨੇ। ਪਰ ਹੁਣੇ ਵੀ ਹੁਸ਼ਿਆਰਪੁਰ ਦੇ ਵਿੱਚ ਕਿੰਨਾ ਟਾਈਮ ਹੋ ਗਿਆ ਹੈ, ਆਖਿਰ ਫਿਰ ਵੀ 17 ਕੌਂਸਲਰ ਹੈ ਕਿ ਜਿਹੜੇ ਕੋਈ ਦਬਾਅ ਦੇ ਵਿੱਚ ਨਹੀਂ ਆਏ, ਅਗਰ ਹੈ ਤਾਂ ਤਗੜੇ ਨੇ ਔਰ ਇਹ ਤਗੜੇ ਹੋ ਕੇ ਕੰਮ ਕਰਨਗੇ ਔਰ ਕਾਂਗਰਸ ਪਾਰਟੀ ਸੱਤਾ ਵਿੱਚ ਆਉਣ ਵਾਲੀ ਹੈ ਜਿਹੜੀ ਅਗਲਾ ਚੁਣਾਵ ਹੋਣਾ ਹੈ 2024 ਦੀ ਗੱਲ ਕਰੀਏ। ਤੁਸੀਂ ਵੀ ਹੁਸ਼ਿਆਰਪੁਰ ਤੋਂ 2 ਵਾਰ ਲੋਕ ਸਭਾ ਦੇ ਮੈਂਬਰ ਰਹੇ ਹੋ, ਇਹ ਤੁਸੀਂ ਵੀ ਪਾਰਟੀ ਅੱਗੇ ਮੰਗ ਰੱਖੋ ਕਿ 2024 ਦੇ ਵਿੱਚ ਤੁਹਾਨੂੰ ਜਿਹੜਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਮੁੜ ਤੋਂ? ਮੈਂ 3 ਵਾਰ ਸੰਸਦ ਰਹੀ ਹਾਂ ਔਰ ਪੰਜਾਬ ਦੇ ਵਿੱਚੋਂ ਮੈਂ ਪਹਿਲੀ ਦਲਿਤ ਮਹਿਲਾ ਹਾਂ ਜਿਸ ਨੇ ਹਿੰਦੁਸਤਾਨ ਦੀ ਸਰਵੋੱਚ ਅਦਾਲਤ ਦੇ ਵਿੱਚ ਪੈਰ ਰੱਖਿਆ। ਅਜੇ ਤੱਕ ਕੋਈ ਵੀ ਦਲਿਤ ਮਹਿਲਾ ਚੁਣ ਕੇ ਨਹੀਂ ਗਈ ਹੈ। ਮੈਂ 3 ਵਾਰ ਗਈ ਹਾਂ ਔਰ ਹੁਣ ਵੀ ਚੁਣਾਵ ਦੇ ਲਈ ਤਿਆਰ ਬੈਠੇ ਹਾਂ। We are a multicultural network community. We groom competent global citizens to effect positive change around them.